ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਤੱਕ। ਮੈਂ ਮਨੀਸ਼ ਕੌਸ਼ਲ, ਅਸੀਂ ਖੜ੍ਹੇ ਹਾਂ ਪਟਿਆਲਾ ਆਈ ਜੀ ਛੀਨਾ ਦੇ ਦਫ਼ਤਰ ਦੇ ਬਾਹਰ, ਜਿਹੜੇ ਕਿ ਸਿੱਟ ਦੇ ਮੁਖੀ ਹਨ। ਕੁਛ ਹੀ ਸਮਾਂ ਪਹਿਲਾਂ ਵਿਕਰਮ ਮਜੀਠੀਆ ਜਿਹੜੇ ਹੈਗੇ ਅਚਾਨਕ ਹੀ ਅੱਜ ਸਿੱਟ ਦੇ ਮੂਹਰੇ ਪੇਸ਼ ਹੋਣ ਵਾਸਤੇ ਪਹੁੰਚੇ, ਅਤੇ ਅੰਦਰ ਜਾਣ ਤੋਂ ਪਹਿਲਾਂ ਵਿਕਰਮ ਮਜੀਠੀਆ ਨੇ ਮੀਡੀਆ ਦੇ ਸਾਹਮਣੇ ਖੁੱਲ੍ਹ ਕੇ ਜਿਹੜੀਆਂ ਹੈਗੀਆਂ ਗੱਲਾਂ ਕੀਤੀਆਂ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਮੈਨੂੰ 18 ਤਰੀਕ ਨੂੰ ਜਦੋਂ ਸੰਮਨ ਦਿੱਤੇ ਗਏ ਸੀਗੇ, ਤਾਂ ਮੈਂ ਇੱਕ ਕਾਨੂੰਨ ਦਾ ਪਾਲਕ ਹੋਣ ਦੇ ਨਾਤੇ ਉਰੇ ਪੇਸ਼ ਹੋਇਆ ਸੀ, ਅਤੇ 18 ਤਰੀਕ ਨੂੰ ਸਿੱਟ ਨੇ ਜਿਹੜੇ ਜਿਹੜੇ ਵੀ ਸਵਾਲ ਮੇਰੇ ਤੋਂ ਪੁੱਛੇ ਸੀਗੇ ਉਹਦਾ ਜਵਾਬ ਮੈਂ ਖੁੱਲ੍ਹ ਕੇ ਇਹਨਾਂ ਨੂੰ ਦਿੱਤਾ, ਅਤੇ ਉਸ ਤੋਂ ਬਾਅਦ ਮੈਨੂੰ ਇੱਕ ਕੁਐਸਚਨੇਅਰ ਵੀ ਦਿੱਤਾ ਗਿਆ ਸੀਗਾ ਲੰਬਾ ਚੌੜਾ, ਜਿਹਦੀ ਜਵਾਬ ਤਲਬੀ ਵਾਸਤੇ ਵੀ ਇਹਨਾਂ ਨੇ ਮੈਨੂੰ ਕਿਹਾ ਸੀਗਾ। ਮੈਨੂੰ ਪੂਰਾ ਅੰਦੇਸ਼ਾ ਸੀਗਾ, ਜਿਸ ਤਰ੍ਹਾਂ ਕਿ ਵਿਕਰਮ ਜੀਠੀ ਨੇ ਪਹਿਲਾਂ ਹੀ ਕਿਹਾ ਕਿ ਜਿਸ ਤਰ੍ਹਾਂ ਮੈਂ ਅੱਜ ਬਾਹਰ ਆ ਕੇ ਖੁੱਲ੍ਹ ਕੇ ਮੀਡੀਆ ਨਾਲ ਗੱਲ ਕਰ ਰਿਹਾ, ਅਤੇ ਮੈਨੂੰ ਦੁਬਾਰਾ ਸੰਮਨ ਆਇਆ ਲਓ। ਔਰ ਹੋਇਆ ਵੀ ਉਸ ਤਰ੍ਹਾਂ ਹੀ ਕਿ ਪਿਛਲੀ ਵਾਰ 18 ਤਰੀਕ ਨੂੰ ਵਿਕਰਮ ਮਜੀਠੀਆ ਜਦੋਂ ਸਿੱਟ ਦੇ ਮੂਹਰੇ ਪੇਸ਼ ਹੋ ਕੇ 7 ਘੰਟੇ ਦੇ ਕੁਐਸਚਨਿੰਗ ਤੋਂ ਬਾਅਦ ਗਏ, ਤਾਂ 12 ਘੰਟੇ 'ਚ ਹੀ ਦੁਬਾਰਾ ਵਿਕਰਮ ਮਜੀਠੀਆ ਨੂੰ ਸੰਮਨ ਜਾਰੀ ਹੋ ਗਏ ਸੀ 27 ਤਰੀਕ ਨੂੰ ਪੇਸ਼ ਹੋਣ ਵਾਸਤੇ, ਜਿਹਦਾ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਵੀਡੀਓ ਕਾਨਫਰੰਸਿੰਗ 'ਚ ਉਹਨਾਂ ਨੇ ਪਹਿਲਾਂ ਹੀ ਸਿੱਟ ਨੂੰ ਇਹ ਕਹਿਤਾ ਸੀ ਕਿ ਜਿਹੜੇ 25 ਤਰੀਕ ਤੋਂ ਲੈ ਕੇ 28 ਤਰੀਕ ਤੱਕ ਦੇ ਸਭਾ ਦੇ ਦਿਨ ਹੈਗੇ ਹੈ ਉਹਨਾਂ ਦੇ ਵਿੱਚ ਮੈਂ ਪੇਸ਼ ਨਹੀਂ ਹੋਵਾਂਗਾ, ਮੇਰੇ ਕੁਛ ਘਰੇਲੂ ਰੁਝੇਵੇਂ ਨੇ, ਅਤੇ ਕੁਛ ਜਿਹੜੇ ਇਹ ਦਿਨ ਨੇ ਗੁਰੂਆਂ ਦੇ ਬੱਚਿਆਂ ਦੇ ਸ਼ਹੀਦ ਹੋਣ ਦੇ ਦਿਨ ਨੇ, ਅਤੇ ਇਹਨਾਂ ਦਿਨਾਂ ਦੇ ਵਿੱਚ ਮੈਂ ਸਿੱਟ ਦੇ ਅੱਗੇ ਪੇਸ਼ ਨਹੀਂ ਹੋਵਾਂਗਾ। ਅਤੇ ਕੱਲ੍ਹ ਜਿਵੇਂ ਕਿ ਅਰਸ਼ਦੀਪ ਕਲੇਰ ਜਿਹੜੇ ਕਿ ਮੁੱਖ ਬੁਲਾਰੇ ਨੇ ਅਕਾਲੀ ਦਲ ਦੇ, ਉਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਅੰਦੇਸ਼ਾ ਜਤਾਇਆ ਸੀ ਕਿ ਮੁਖਵਿੰਦਰ ਛੀਨਾ ਜਿਹੜੇ ਮੁੱਖ ਸਿੱਟ ਦੇ ਮੁਖੀ ਹਨ, ਉਹਨਾਂ ਨੇ 31 ਤਰੀਕ ਨੂੰ ਰਿਟਾਇਰ ਹੋਣਾ ਹੈ, ਅਤੇ ਉਸ ਤੋਂ ਪਹਿਲਾਂ ਵਿਕਰਮ ਮਜੀਠੀਆ ਨੂੰ ਦੁਬਾਰਾ ਜਿਹੜੇ ਸੰਮਨ ਇੱਕ ਦਿਨ ਪਹਿਲਾਂ ਜਿਹੜੇ ਦਿੱਤੇ ਹੈ ਉਹਦੇ 'ਚ ਕਿਤੇ ਨਾ ਕਿਤੇ ਉਹਨਾਂ ਨੂੰ ਅੰਦੇਸ਼ਾ ਲੱਗ ਰਿਹਾ ਕਿ ਹੋ ਸਕਦਾ ਸਰਕਾਰ ਨੂੰ ਖੁਸ਼ ਕਰਨ ਵਾਸਤੇ ਵਿਕਰਮ ਮਜੀਠੀਆ ਦੇ ਉੱਤੇ ਕੋਈ ਨਾ ਕੋਈ ਪਰਚਾ ਦੇ ਕੇ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਇਹਦਾ ਅੰਦੇਸ਼ਾ ਕੱਲ੍ਹ ਅਕਾਲੀ ਦਲ ਨੇ ਆਪਣੀ ਪ੍ਰੈਸ ਕਾਨਫਰੰਸ ਜਿਤਾਇਆ ਸੀ। ਫਿਰ ਵੀ ਅੱਜ ਸਵੇਰੇ ਵਿਕਰਮ ਮਜੀਠੀਆ ਉਰੇ ਪਹੁੰਚੇ, ਅਤੇ ਉਹਨਾਂ ਨੇ ਆ ਕੇ ਮੀਡੀਆ ਦੇ ਸਾਹਮਣੇ ਮੁਖਵਿੰਦਰ ਛੀਨਾ ਜਿਹੜੇ ਮੁਖੀ ਨੇ ਸਿੱਟ ਦੇ, ਉਹਨਾਂ ਦੇ ਰਿਟਾਇਰਮੈਂਟ ਦੇ ਪੇਪਰ ਮੀਡੀਆ ਅੱਗੇ ਦਿਖਾਏ ਕਿ ਇੱਕ ਅਫਸਰ ਜਿਹੜਾ ਕਿ ਕੱਲ੍ਹ ਸ਼ਾਮ 5 ਵਜੇ ਰਿਟਾਇਰ ਹੋ ਚੁੱਕਿਆ ਹੈ, ਕਿਉਂਕਿ ਅਗਲੇ ਜਿਹੜੇ 2 ਦਿਨ ਹੈ ਉਹ ਛੁੱਟੀ ਦੇ ਦਿਨ ਹੈ, ਅਤੇ ਕੱਲ੍ਹ ਉਹਨਾਂ ਦੀ ਰਿਟਾਇਰਮੈਂਟ ਦੇ ਜਿਹੜੇ ਆਰਡਰ ਹੈ ਉਹ ਜਾਰੀ ਹੋ ਚੁੱਕੇ ਹੈ। ਉਸ ਦੇ ਬਾਵਜੂਦ ਵੀ ਉਹਨਾਂ ਨੂੰ ਅੱਜ ਬੁਲਾਇਆ ਗਿਆ ਹੈ, ਜਦਕਿ ਸਿੱਟ ਦੇ ਮੁਖੀ ਕਾਗਜ਼ਾਂ 'ਚ ਰਿਟਾਇਰ ਹੋ ਚੁੱਕੇ ਨੇ, ਅਤੇ ਇਹਦੇ 'ਚ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਉਹਨਾਂ ਦੀ ਮਨਸ਼ਾ ਠੀਕ ਨਹੀਂ ਲੱਗਦੀ। ਵਿਕਰਮ ਮਜੀਠੀਆ ਕਹਿੰਦੇ ਮੈਂ ਕਾਨੂੰਨ ਦਾ ਪਾਲਕ ਹਾਂ, ਫਿਰ ਵੀ ਮੈਂ ਇਹਨਾਂ ਦੇ ਸਾਹਮਣੇ ਪੇਸ਼ ਹੋਣ ਵਾਸਤੇ ਆਇਆ ਕਿ ਮੈਂ ਕੇਜਰੀਵਾਲ ਦੀ ਤਰ੍ਹਾਂ ਨਹੀਂ ਕਿ ਜਿਹੜਾ ਈਡੀ ਦੇ ਵਾਰ ਵਾਰ ਸਮਰਾਂ ਤੋਂ ਭੱਜ ਰਿਹਾ, ਮੈਂ ਹਰ ਵਾਰ ਜਦੋਂ ਮੈਨੂੰ ਬੁਲਾਇਆ ਗਿਆ ਮੈਂ ਉਰੇ ਇਹਨਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਵਾਸਤੇ ਪੇਸ਼ ਹੋਣ ਲਈ ਤਿਆਰ ਹਾਂ, ਅਤੇ ਇਸੇ ਕਰਕੇ ਮੈਂ ਅੱਜ ਉਰੇ ਪੇਸ਼ ਹੋਇਆ। ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ।